ज्ञान ध्यान किस कर्म न जाना, सार न जाना तेरे, सब ते वड्डा सत गुरु नानक, जिन कल राखे मेरे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ, ਦੋ ਜਹਾਨਾਂ ਦੇ ਵਾਲੇ ਸਮੁੱਚੀ ਮਨੁੱਖਤਾ ਦੇ ਰੱਬ ਰੇ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਿੱਘੀ ਗੋਦ ਵਿੱਚ ਹਾਜ਼ਰੀਆਂ ਭਰੇ ਗੁਰੂ ਪਿਆਰੇ ਗੁਰੂ ਖਾਲਸੇ ਗੁਰੂ ਖਾਲਸਾ ਸਾਧ ਸੰਗਤ ਜੀ, ਜਿੰਨੇ ਕੋ ਸਰੀਰ ਬੈਠੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੁੱਝ ਪਲ ਅਕਾਲ ਪੁਰਖ ਪਰਮਾਤਮਾ ਦੇ ਨਾਮ ਵਾਸਤੇ ਕੱਢੇ ਨੇ, ਤੇ ਆਪਾਂ ਭਲੀ ਭਾਂਤ ਜਾਣਦੇ ਹੀ ਹਾਂ ਕਿ ਆਪਣੇ ਗੁਰਦੁਆਰਾ ਸਾਹਿਬ ਅੰਦਰ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ 530ਵਾਂ ਆਗਮ ਗੁਰਪੁਰਬ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਤੇ ਆਪ ਸਰਬਾ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ, ਜਿਸ ਦੇ ਸੰਬੰਧ ਵਿੱਚ 2 ਸਤੰਬਰ ਤੋਂ ਲਗਾਤਾਰ ਸ੍ਰੀ ਅਖੰਡਪੁਰ ਸਾਹਿਬ ਦੀ ਲੜੀ ਚੱਲ ਰਹੀ ਹੈ, ਤੇ ਅੱਜ 15ਵੇਂ ਤੇ 16ਵੇਂ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਉਪਰੰਤ ਦਾਸ ਨੂੰ ਕੁਛ ਸਮਾਂ ਗੁਰਮਤ ਵਿਚਾਰਾਂ ਕਰਨ ਦਾ ਸਮਾਂ ਨਸੀਬ ਹੋਇਆ। ਗੁਰਮਤ ਵਿਚਾਰਾਂ ਕਰਨ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ, ਲਵਾਓ ਹਾਜ਼ਰੀ, ਕੁਝ ਕਹਿਣ ਦਾ ਬਲ ਬਖਸ਼ੋ, ਬੁਲਾਓ ਫਤਿਹ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਆ ਸਤ ਸੰਗਤ ਜਿਹੜੀ ਆ ਵੱਡੇ ਭਾਗਾਂ ਤੋਂ ਬਿਨਾਂ ਕਦੇ ਪ੍ਰਾਪਤ ਨਹੀਂ ਹੁੰਦੀ, ਉਹ ਮਨੁੱਖ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸਤ ਸੰਗਤ ਵਿੱਚ ਆਉਂਦੇ ਨੇ। ਇਸੇ ਕਰਕੇ ਸਾਹਿਬ ਨੇ ਗੁਰਬਾਣੀ ਅੰਦਰ ਬਚਨ ਫਰਮਾਨ ਕੀਤਾ, ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਹਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸਾਹਿਬ ਕਹਿੰਦੇ ਉਹ ਮਨੁੱਖ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਤੇ ਜਿਹੜੇ ਆਪਣੇ ਦਰ ਤੋਂ ਚੱਲ ਕੇ ਅਕਾਲ ਪੁਰਖ ਪਰਮਾਤਮਾ ਦੀ ਗੋਦ ਵਿੱਚ ਆਉਂਦੇ ਨੇ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ ਤੇ ਸੇਵਾ ਕਰਦੇ ਨੇ ਤੇ ਸਾਹਿਬ ਬਖਸ਼ਿਸ਼ ਕਰਦੇ ਨੇ। ਸਤਿਗੁਰ ਕੀ ਸੇਵਾ ਸਫਲਾ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ। ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇਸ ਤਪ ਸਥਾਨ ਦੇ ਉੱਤੇ ਆਉਂਦਾ ਹੈ, ਕਿਉਂਕਿ ਮਨੁੱਖ ਜੋ ਕੁਝ ਲੈ ਕੇ ਆਉਂਦਾ ਤੇ ਜਦੋਂ ਕਾਲ ਪੁਰਖ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਆ ਕੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਮਨੁੱਖ ਜਦੋਂ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਉਹ ਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ, ਅਰਜ਼ੋਈ ਕਰਦਾ ਹੈ ਤੇ ਸਾਹਿਬ ਜੀ ਉਸ ਦੀ ਅਰਦਾਸ ਜਿਹੜੀ ਪੂਰੀ ਕਰ ਦਿੰਦੇ ਨੇ ਤੇ ਸਾਹਿਬ ਜੀ ਬਖਸ਼ ਕਰਦੇ ਨੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਉਹਾਂ ਸੱਚ ਹੋਵੇ। ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ, ਸਾਖੀਕਾਰ ਲਿਖਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਜਗਨਨਾਥਪੁਰੀ ਦੇ ਵਿੱਚ ਜਾਂਦੇ ਨੇ, ਦਰਿਆ ਦੇ ਕੋਲ ਉਹਨਾਂ ਨੇ ਆਪਣਾ ਧੂਣਾ ਲਾਇਆ ਹੋਇਆ ਹੈ, ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਨੇ ਭਾਈ ਕਮਲੀਆ ਜੀ
ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਸਨ, ਇਸੇ ਤਰ੍ਹਾਂ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਸਾਥੀ ਸਨ ਭਾਈ ਕਮਲੀਆ ਜੀ, ਜਿਹੜੇ ਕਿ ਹਰ ਵਕਤ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਨਾਲ ਰਹਿੰਦੇ ਸਨ। ਜਗਨਨਾਥ ਪੁਰੀ ਦੇ ਵਿੱਚ ਉਹਨਾਂ ਦਾ ਧੂਣਾ ਲੱਗਾ ਹੋਇਆ। ਉੱਥੋਂ ਦਾ ਬਾਦਸ਼ਾਹ ਰਾਜਾ ਉਦੇ ਸੈਨ, ਜਿਸ ਦੇ ਘਰ ਦੇ ਵਿੱਚ ਕੋਈ ਲਾਦ ਨਹੀਂ ਸੀ, ਤੇ ਉਸਦਾ ਵਜ਼ੀਰ ਹੈ ਨਾਨੂ ਪੰਡਿਤ, ਤੇ ਉਹ ਆ ਕੇ ਆਪਣੇ ਬਾਦਸ਼ਾਹ ਨੂੰ ਦੱਸਦਾ, ਕਹਿੰਦਾ ਬਾਦਸ਼ਾਹ ਅੱਜ ਤੇਰੀ ਬਿਮਾਰੀ ਦਾ ਇਲਾਜ ਰੱਬ ਗਈ। ਤੇ ਬਾਦਸ਼ਾਹ ਕਹਿਣ ਲੱਗਾ, ਕਹਿੰਦਾ ਮੈਨੂੰ ਕਿਹੜਾ ਰੋਗ ਲੱਗਾ, ਮੈਨੂੰ ਕਿਹੜੀ ਬਿਮਾਰੀ ਲੱਗੀ ਜਿਸ ਦਾ ਤੂੰ ਇਲਾਜ ਲੱਭ ਰਿਹਾ। ਕਹਿੰਦਾ ਬਾਦਸ਼ਾਹ ਅੱਜ ਮੈਂ ਐਸੇ ਫਕੀਰ ਦੇ ਦਰਸ਼ਨ ਕਰਕੇ ਆਇਆ, ਤੇ ਉਸ ਫਕੀਰ ਦੇ ਮੈਂ ਕਈ ਕੌਤਕ ਜਿਹੜੇ ਆਪਣੇ ਅੱਖੀ ਦੇਖੇ ਨੇ, ਕਿ ਜਿਹੜਾ ਉਸਦੀ ਗੋਦ ਵਿੱਚ ਜਿਹੜੀ ਸ਼ਰਨ ਦੇ ਵਿੱਚ ਜੇ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਹੈ ਤੇ ਜੋ ਕੁਝ ਮੰਗਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਰਾਜਾ ਉਦੇ ਸੈਨ ਨੂੰ ਜਿਹੜੀ ਬੜੀ ਖੁਸ਼ੀ ਹੁੰਦੀ ਆ, ਉਹ ਆਪਣੇ ਨੌਕਰਾਂ ਚਾਕਰਾਂ ਨੂੰ ਇਕੱਠੇ ਕਰਦਾ, ਹੀਰੇ ਮੋਤੀ ਦੀਆਂ ਥਾਲੀਆਂ ਭਰ ਭਰ ਕੇ ਜਿੱਥੇ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ ਧੂਣਾ ਲੱਗਾ ਉੱਥੇ ਜਾ ਕੇ ਪਹੁੰਚ ਜਾਂਦਾ। ਜਦੋਂ ਪਹੁੰਚ ਜਾਂਦਾ ਹੈ ਤੇ ਉਹ ਜਿਹੜੇ ਥਾਲ ਜਿਹੜੇ ਹੀਰੇ ਮੋਤੀਆਂ ਵਾਲੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਸਾਹਮਣੇ ਰੱਖ ਦਿੰਦਾ, ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੀਆਂ ਉਸ ਸਮੇਂ ਜਿਹੜੀਆਂ ਅੱਖਾਂ ਜਿਹੜੀਆਂ ਮੁੰਦੀਆਂ ਹੋਈਆਂ ਸਨ, ਭਾਵ ਕਿ ਉਹ ਕਾਲ ਪੁਰਖ ਪਰਮਾਤਮਾ ਦੀ ਗੋਦ ਵਿੱਚ ਉਹਨਾਂ ਦੀ ਸਮਾਧੀ ਲੱਗੀ ਹੋਈ ਸੀ। ਤੇ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਉਹਨਾਂ ਨੇ ਪੁੱਛਿਆ ਕਿ ਇਹ ਜਿਹੜੀ ਮਾਇਆ, ਇਹ ਧਨ ਜਿਹੜਾ ਕੌਣ ਲੈ ਕੇ ਆਇਆ? ਤੇ ਲਾਗੇ ਬੈਠੇ ਭਾਈ ਕਮਲੀਆ ਜੀ ਨੇ, ਸਾਖੀਕਾਰ ਜਿਸ ਤਰ੍ਹਾਂ ਲਿਖਦੇ ਹਨ ਕਿ ਭਾਈ ਕਮਲੀਆ ਜੀ ਲਾਗੇ ਬੈਠੇ ਸਨ, ਉਹਨਾਂ ਨੇ ਕਿਹਾ ਕਿ ਮਹਾਰਾਜ ਭਗਵਾਨ ਜੀ, ਇਹ ਜਿਹੜਾ ਇੱਥੋਂ ਦਾ ਰਾਜਾ ਉਦੇ ਸੈਨ ਆ, ਇਹ ਉਹ ਲੈ ਕੇ ਆਇਆ, ਇਸ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈਗਾ, ਤੁਸੀਂ ਆਪਣੀ ਕਿਰਪਾ ਕਰ ਦਿਓ, ਇਸ ਨੂੰ ਇੱਕ ਪੁੱਤਰ ਬਖਸ਼ਿਸ਼ ਕਰ ਦਿਓ। ਤੇ ਇੰਨੇ ਨੂੰ ਰਾਜਾ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਜੀ ਦੀ ਸ਼ਰਨ ਦੇ ਵਿੱਚ ਡਿੱਗ ਜਾਂਦਾ ਕਿ ਭਗਵਾਨ ਜੀ, ਪੁੱਤਰ ਤੋਂ ਬਿਨਾਂ ਜਿਹੜਾ ਘਰ ਬੜਾ ਸੋਨਾ ਲੱਗਦਾ, ਕਿਉਂਕਿ ਜਿਸ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੁੰਦਾ ਉਸ ਕੁੱਲ ਦਾ ਨਾਂ ਚੁ ਜਾਂਦਾ, ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਇੱਕ ਪੁੱਤਰ ਬਖਸ਼ਿਸ਼ ਨਾ ਕਰੋ। ਤੇ ਜਦੋਂ ਉਸਦੇ ਤਰਲੇ ਮਿੰਟੇ ਸੁਣੇ ਤਾਂ ਭਗਵਾਨ ਬਾਬਾ ਸ੍ਰੀ ਚੰਦ ਜੀ ਮੇਰ ਦੇ ਵਿੱਚ ਆਏ, ਉਹਨਾਂ ਨੇ ਰਾਜਾ ਉਦੇ ਸੈਨ ਨੂੰ ਕਿਹਾ ਕਿ ਰਾਜਨ, ਤੇਰੇ ਘਰ ਦੇ ਵਿੱਚ ਦੁੱਧ ਨਾਲੋਂ ਸੋਹਣਾ, ਮੱਖਣ ਨਾਲੋਂ ਸੋਹਣਾ ਐਸਾ ਪੁੱਤਰ ਪੈਦਾ ਹੋਵੇਗਾ ਤੇ ਜਿਹੜਾ ਤੇਰੀ ਕੁੱਲ ਨੂੰ ਜਿਹੜਾ ਅੱਗੇ ਵਧਾਵੇਗਾ। ਤੇ ਰਾਜਾ ਜਿਹੜਾ ਬੜਾ ਖੁਸ਼ੀ ਦੇ ਵਿੱਚ ਆਉਂਦਾ, ਜਦੋਂ ਘਰ ਦੇ ਵਿੱਚ ਆਉਂਦਾ ਤੇ ਉਸ ਰਾਜੇ ਨੂੰ ਪਹਿਲਾਂ ਕਹਿ ਦਿੱਤਾ ਸੀ ਭਗਵਾਨ ਬਾਬਾ ਸ੍ਰੀ ਚੰਦ ਜੀ ਕਿ ਗਰੀਬਾਂ ਨੂੰ ਦਾਨ ਕਰਨਾ, ਖੁੱਲਾ ਦਾਨ ਕਰਨਾ, ਜੇ ਕੋਈ ਭਿਖਾਰੀ ਆਉਂਦਾ ਤੇਰੇ ਘਰ ਦੇ ਵਿੱਚ ਆ ਕੇ ਰੋਟੀ ਮੰਗਦਾ ਤੇ ਉਸਨੂੰ ਰੋਟੀ ਦੇਣੀ, ਜੇ ਕੋਈ ਕੱਪੜੇ ਮੰਗਦਾ ਤੇ ਉਸਨੂੰ ਕੱਪੜੇ ਦੇਣੇ, ਭਾਵ ਕਿ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਣਾ ਚਾਹੀਦਾ। ਤੋ ਇਸੇ ਤਰ੍ਹਾਂ ਕਰਦਾ ਉਸਨੇ ਜਿਹੜਾ ਆਪਣੇ ਖਜ਼ਾਨੇ ਜਿਹੜੇ ਖੋਲ ਦਿੱਤੇ, ਜਿਹੜਾ ਵੀ ਕੋਈ ਆਉਂਦਾ ਸੀ ਉਸਨੂੰ ਆਪਣਾ ਖੁੱਲਾ ਦਾਨ ਜਿਹੜਾ ਉਸਨੇ ਵੰਡਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਵੰਡਣਾ ਸ਼ੁਰੂ ਕਰਤਾ, ਸਮਾਂ ਆਇਆ 10 ਮਹੀਨਿਆਂ ਬਾਅਦ ਉਸਦੇ ਘਰ ਪੁੱਤਰ ਜਿਹੜਾ ਬਹੁਤ ਸੋਹਣਾ ਪੈਦਾ ਹੋਇਆ। ਤੇ ਫਿਰ ਜਦੋਂ ਪੱਤਰੀ ਦਾ, ਭਾਵ ਕਿ ਜਦੋਂ ਕੋਈ ਬ੍ਰਾਹਮਣ ਘਰ ਦੇ ਵਿੱਚ ਆਉਂਦੇ ਨੇ, ਵੱਡੇ ਵੱਡੇ ਵਿਦਵਾਨ ਆਉਂਦੇ ਨੇ, ਆ ਕੇ ਜਨਮ ਪੱਤਰੀਆਂ ਬਣਾਉਂਦੇ ਨੇ, ਤੇ ਜਨਮ ਪੱਤਰੀ ਬਣਨ ਦਾ ਸਮਾਂ ਆਇਆ ਤੇ ਉਹਨਾਂ ਬ੍ਰਾਹਮਣਾਂ ਨੇ ਜਿਹੜਾ ਉਸ ਬਾਦਸ਼ਾਹ ਨੂੰ ਜਿਹੜਾ ਵਹਿਮ ਦੇ ਵਿੱਚ ਪਾ ਦਿੱਤਾ, ਕਹਿੰਦੇ ਬਾਦਸ਼ਾਹ
ਤੂੰ ਪੁੱਤਰ ਦਾ ਸੁੱਖ ਤੇ ਬਹੁਤ ਲੈ ਰਿਹਾ, ਪਰ ਇਹ ਤੇਰਾ ਪੁੱਤਰ ਜਿਹੜਾ 11 ਸਾਲ 11 ਮਹੀਨੇ ਤੇ 11 ਦਿਨ ਹੀ ਕੱਢੇਗਾ, ਇਸ ਤੋਂ ਬਾਅਦ ਇਸ ਦੀ ਮੌਤ ਹੋ ਜਾਵੇਗੀ। ਬਾਦਸ਼ਾਹ ਜਿਹੜਾ ਬੜਾ ਦੁਖੀ ਹੁੰਦਾ, ਜਦੋਂ ਬਾਦਸ਼ਾਹ ਦੁਖੀ ਹੁੰਦਾ ਤੇ ਫਿਰ ਲਾਗੇ ਬੈਠਾ ਉਸਦਾ ਵਜ਼ੀਰ ਜਾਂ ਨਾਨੂ ਪੰਡਿਤ, ਕਹਿੰਦਾ ਬਾਦਸ਼ਾਹ ਜਿੰਨਾ ਚਿਰ ਹੈਗਾ ਪੁੱਤਰ ਉਹਨਾਂ ਚਿਰ ਸੁੱਖ ਲੈ ਲਵੋ, ਤੇ ਜੇ ਘਰ ਦੇ ਵਿੱਚ ਪੋਤੀ ਨਾ ਹੁੰਦਾ ਤੇ ਫਿਰ ਕੀ ਕਰਨਾ ਸੀ, ਜਿੰਨਾ ਚਿਰ ਪੁੱਤਰ ਹੈਗਾ ਉਹਨਾਂ ਚਿਰ ਤੁਸੀਂ ਸੁੱਖ ਲੈ ਲਵੋ। ਤਾਂ ਫਿਰ ਉਹ ਇਸੇ ਤਰ੍ਹਾਂ ਕਰਦਾ, ਜਦੋਂ ਉਸਦਾ ਮ੍ਰਿਤੂ ਦਾ ਸਮਾਂ ਜਿਹੜਾ ਨੇੜੇ ਆ ਜਾਂਦਾ, ਫਿਰ ਉਹ ਆਪਣੇ ਵਜ਼ੀਰਾਂ ਨੂੰ ਕਹਿ ਦਿੰਦਾ, ਉਸਨੂੰ ਸੋਹਣੇ ਕੱਪੜੇ ਪਵਾਏ ਜਾਂਦੇ ਤੇ ਜੰਗਲਾਂ ਦੇ ਵਿੱਚ ਛੱਡ ਦਿੱਤਾ ਜਾਂਦਾ। ਉਹ ਜਿਹੜਾ ਬੱਚਾ ਰੁਲਦਾ ਰੁਲਦਾ ਜਿਹੜਾ ਫਿਰ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਧੂਣੇ ਦੇ ਕੋਲ ਪਹੁੰਚ ਜਾਂਦਾ। ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਧੂਣੇ ਦੇ ਕੋਲ ਪਹੁੰਚ ਜਾਂਦਾ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਉਸਨੂੰ ਦੇਖਿਆ, ਬੱਚੇ ਨੂੰ ਦੇਖਿਆ ਤੇ ਪੁੱਛਿਆ ਕਿ ਕਾਕਾ ਤੇਰਾ ਨਾਮ ਕੀ ਹੈ, ਤੂੰ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਆਇਆ ਹਾਂ। ਤੇ ਜਦੋਂ ਪੁੱਛਿਆ ਤੇ ਉਹ ਕਹਿਣ ਲੱਗਾ, ਭਗਵਾਨ ਜੀ ਮੈਂ ਇੱਥੋਂ ਦੇ ਬਾਦਸ਼ਾਹ ਰਾਜਾ ਉਦੇ ਸੈਨ ਦਾ ਪੁੱਤਰ ਹਾਂ ਤੇ ਕਿਸੇ ਫਕੀਰ ਦੇ ਵਾਰ ਦੇ ਨਾਲ ਮੈਂ ਪੈਦਾ ਹੋਇਆ ਸਾਂ ਤੇ ਜਨਮ ਪੱਤਰੀ ਦਾ ਸਾਹਮਣਾ ਆਇਆ ਸੀ ਤੇ ਬਾਹਮਣਾਂ ਨੇ ਜਿਹੜਾ ਮੇਰੇ ਪਿਤਾ ਨੂੰ ਵਹਿਮ ਪਾ ਦਿੱਤਾ। ਉਹਨਾਂ ਨੇ ਇਹ ਕਿਹਾ ਸੀ ਕਿ ਤੇਰਾ ਪੁੱਤਰ ਜਿਹੜਾ 11 ਸਾਲ 11 ਮਹੀਨੇ ਤੇ 11 ਦਿਨ ਕੱਢੇਗਾ। ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਉਸ ਬ੍ਰਾਹਮਣ ਦੀ ਜਿਹੜਾ ਲੀਕ ਦੇ ਵਿੱਚ ਰੇਖਾ ਦੇ ਵਿੱਚ ਇੱਕ ਲੀਕ ਹੋਰ ਮਾਰ ਦਿੰਦੇ ਆ, ਤੇਰੀ ਉਮਰ ਜਿਹੜੀ 11 ਸਾਲ 11 ਮਹੀਨੇ 11 ਦਿਨ ਨਹੀਂ ਹੋਵੇਗੀ, ਭਾਵ ਕਿ ਤੂੰ ਤੇਰੀ ਉਮਰ ਜਿਹੜੀ ਵੱਧ ਗਈ ਆ, ਤੂੰ ਭਾਵ ਕਿ ਤੂੰ 111 ਸਾਲ ਜਿਉਂਦਾ ਰਵੇਂਗਾ। ਤੇ ਫਿਰ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਇਹ ਵਰ ਦਿੱਤਾ ਤੇ ਉਹ ਭਗਵਾਨ ਬਾਬਾ ਸ੍ਰੀ ਚੰਦ ਦੀ ਸ਼ਰਨ ਦੇ ਵਿੱਚ ਡਿੱਗ ਜਾਂਦਾ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਧੂਣੇ ਦੀ ਸੇਵਾ ਕਰਨ ਲੱਗ ਪੈਂਦਾ। ਫਿਰ ਸਮਾਂ ਆਉਂਦਾ, ਨਾਨੂ ਪੰਡਿਤ ਨੇ ਜਿਹੜਾ ਉਸ ਬੱਚੇ ਨੂੰ ਦੇਖ ਲਿਆ ਸੀ ਕਿ ਜਿਹੜਾ ਰਾਜਾ ਉਹਦੇ ਸੈਨ ਦੇ ਘਰ ਦੇ ਵਿੱਚ ਪੈਦਾ ਹੋਇਆ ਸੀ ਕਿ ਉਹ ਹਜੇ ਤੱਕ ਜਿਉਂਦਾ, ਉਸਦੀ ਮੌਤ ਨਹੀਂ ਹੋਈ, ਤਾਂ ਫਿਰ ਆ ਕੇ ਆਪਣੇ ਬਾਦਸ਼ਾਹ ਨੂੰ ਦੱਸਦਾ, ਕਹਿੰਦਾ ਬਾਦਸ਼ਾਹ ਤੇਰੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ। ਕਹਿੰਦਾ ਨਾਨੂ ਪੰਡਿਤ ਕਹਿਣ ਲੱਗਾ, ਜਦੋਂ ਨਾਨੂ ਪੰਡਿਤ ਨੇ ਇਹ ਕਿਹਾ ਤੇ ਬਾਦਸ਼ਾਹ ਕਹਿਣ ਲੱਗਾ, ਕਹਿੰਦਾ ਵਜ਼ੀਰ ਜੀ ਹੁਣ ਤਾਂ ਮੇਰੇ ਪੁੱਤਰ ਦੀ ਮੌਤ ਵੀ ਹੋ ਗਈ ਹੋਵੇਗੀ, ਮੇਰੇ ਵਾਸਤੇ ਕਿਹੜੀ ਖੁਸ਼ੀ ਦੀ ਗੱਲ ਹੈ। ਫਿਰ ਸਾਖੀਕਾਰ ਇੱਥੋਂ ਤੱਕ ਦੱਸਦੇ ਹਨ ਕਿ ਜਦੋਂ ਉਸਨੇ ਕਿਹਾ ਕਿ ਤੇਰਾ ਪੁੱਤਰ ਜਿਹੜਾ ਹਜੇ ਤੱਕ ਜਿਉਂਦਾ ਹੈ ਤੇ ਜਿਸ ਫਕੀਰ ਨੇ ਤੈਨੂੰ ਪੁੱਤਰ ਦਾ ਵਰ ਦਿੱਤਾ ਸੀ ਉਸੇ ਫਕੀਰ ਦੇ ਦਰ ਦੇ ਉੱਤੇ ਧੂਣੇ ਦੀ ਸੇਵਾ ਕਰਦਾ, ਤੇ ਫਿਰ ਰਾਜਾ ਉਹਦੇ ਸੈਨ ਜਿਹੜਾ ਥਾਲ ਜਿਹੜੇ ਮਾਇਆ ਦੇ ਭਰ ਕੇ, ਹੀਰੇ ਮੋਤੀਆਂ ਦੇ ਭਰ ਕੇ ਆਪਣੀ ਰਾਣੀ ਨੂੰ ਨਾਲ ਲੈ ਕੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਧੂਣੇ ਦੇ ਕੋਲ ਪਹੁੰਚ ਜਾਂਦਾ। ਜਦੋਂ ਧੂਣੇ ਦੇ ਕੋਲ ਪਹੁੰਚ ਜਾਂਦਾ ਤੇ ਫਿਰ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਫਰਿਆਦ ਕਰਦਾ, ਮੈਨੂੰ ਪੁੱਤਰ ਦੀ ਬਖਸ਼ਿਸ਼ ਕਰੋ। ਤੇ ਫਿਰ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਤੇਰਾ ਪੁੱਤਰ ਹਜੇ ਤੱਕ ਜਿਉਂਦਾ ਹੈ। ਤਾਂ ਫਿਰ ਉਹ ਭਗਵਾਨ ਬਾਬਾ ਸ੍ਰੀ ਚੰਦ ਦੀ ਐਸੀ ਕਿਰਪਾ ਹੁੰਦੀ ਆ ਤੇ ਉਹ ਜਿਹੜਾ ਪੁੱਤਰ ਜਿਹੜਾ ਜਿਉਂਦਾ ਆ ਜਾਂਦਾ ਹੈ ਤੇ ਉਹ ਜਿਹੜਾ ਰਾਜਾ ਜਿਹੜਾ ਆਪਣੇ ਪੁੱਤਰ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ ਤੇ ਉਹ ਫਿਰ ਉਸਦੇ ਰਾਜ ਮਹਿਲਾਂ ਦੀ ਜਿਹੜੀ ਸੇਵਾ ਕਰਦਾ ਤੇ ਉਸਦੇ ਰਾਜ ਮਹਿਲਾਂ ਨੂੰ ਜਿਹੜਾ ਅੱਗੇ ਬਹੁਤ ਪ੍ਰਫੁੱਲਿਤ ਕਰਦਾ। ਇਸੇ ਤਰ੍ਹਾਂ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਭਗਵਾਨ ਬਾਬਾ ਸ੍ਰੀ ਚੰਦ ਦੀ ਸ਼ਰਨ ਦੇ ਵਿੱਚ ਆਉਂਦਾ, ਅਰਦਾਸ ਕਰਦਾ, ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ। ਸਾਹਿਬ ਜੀ ਬਖਸ਼ ਕਰਦੇ ਨੇ, ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ।
ਕਿ ਜਿਹੜੀ ਸਾਡੀ ਭਾਵਨਾ ਜਿਹੜੀ ਆ ਆਪਣੇ ਹਿਰਦੇ ਦੇ ਅੰਦਰੋਂ ਹੋਣੀ ਚਾਹੀਦੀ ਹੈ, ਉੱਤੋਂ ਤਾਂ ਪਖੰਡ ਨਹੀਂ ਕਰਨਾ। ਸਾਡੀ ਭਾਵਨਾ ਜਿਹੜੀ ਅੰਦਰੋਂ ਹੋਣੀ ਚਾਹੀਦੀ ਹੈ, ਸਾਡੀ ਸ਼ਰਧਾ ਹੋਣੀ ਚਾਹੀਦੀ ਆ। ਜੇ ਸ਼ਰਧਾ ਦੇ ਨਾਲ ਆ ਕੇ ਸੀਸ ਝੁਕਾ ਆਵਾਂਗੇ, ਇਹ ਜਿਹੜਾ ਤਪ ਸਥਾਨ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ, ਜਿਹੜਾ ਇੱਥੇ ਵੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ। ਜੇ ਕੋਈ ਪੁੱਤ ਮੰਗਦਾ ਉਸਨੂੰ ਪੁੱਤਰ ਪ੍ਰਾਪਤ ਹੁੰਦਾ, ਜੇ ਜ਼ਮੀਨ ਜਾਇਦਾਦ ਮੰਗਦਾ ਉਸਨੂੰ ਜ਼ਮੀਨ ਜਾਇਦਾਦ ਪ੍ਰਾਪਤ ਹੋ ਜਾਂਦੀ ਹੈ। ਐਸੀ ਇਸ ਸਥਾਨ ਦੀ ਜਿਹੜੀ ਆ ਮਹਾਨਤਾ ਹੈ, ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ। ਸੋ ਇੰਨੀਆਂ ਕੁ ਹਾਜ਼ਰੀਆਂ ਪ੍ਰਮਾਣ ਕਰਨੀਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਿਹਾ ਬੱਚਾ ਸਮਝ ਕੇ ਮਾਫ਼ ਕਰਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ਯੋਗ ਬਖਸ਼ ਲੈਣਾ ਜੀ। ਬੁਲਾਓ ਫਤਿਹ ਜੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।